ਜਿਹੜੀ ਇਹ ਲੜਕੀ ਹੈ ਬਹੁਤ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਹੀ ਹੈ। ਇਹ ਪਹਿਲਾਂ ਆਪਣਾ ਸਟੇਟ ਲੈਵਲ ਤੇ 4 ਵਾਰ ਖੇਡ ਚੁੱਕੀ ਹੈ, ਉਸ ਤੋਂ ਬਾਅਦ 2 ਨੈਸ਼ਨਲ ਖੇਡ ਗਈ ਹੈ ਤੇ ਹੁਣੇ ਮਈ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਹੈ ਥਾਈਲੈਂਡ ਬੈਂਕੋਂਗ ਦੇ ਵਿੱਚ ਖੇਡ ਕੇ ਆਈ ਹੈ। ਮਲੇਸ਼ੀਅਨ ਹਰਾ ਕੇ ਜਿਹੜਾ ਇੱਥੇ ਇਹਨੇ ਗੋਲਡ ਮੈਡਲ ਜਿੱਤਿਆ ਹੈ। ਇਹ ਜਿਹੜੀ ਸਾਡੀ ਫੈਡਰੇਸ਼ਨ ਹੈ ਆਪਣਾ DYSA ਡਿਸਟ੍ਰਿਕਟ ਯੋਗਾ ਸਪੋਰਟਸ ਐਸੋਸੀਏਸ਼ਨ ਆ, ਇਹਦੇ ਦੁਆਰਾ ਮੈਂ ਭੇਜੀ ਸੀਗੀ। ਜਿਹੜੇ ਸਾਡੇ ਸੂਬਾ ਸੈਕਟਰੀ ਨੇ CK ਮਿਸਰਾ ਜੀ ਤੇ ਵਾਈਸ ਸੈਕਟਰੀ ਨੇ ਨਰਪਿੰਦਰ ਸਿੰਘ, ਜਿਹੜੇ ਕੋਚ ਇਹਨਾਂ ਨੂੰ ਲੈ ਕੇ ਗਏ ਸੀਗੇ, ਔਰ ਜਿਹੜੇ ਸਾਡੇ ਜ਼ਿਲ੍ਹਾ ਯੋਗਾ ਪ੍ਰਧਾਨ ਨੇ ਨਰਿੰਦਰ ਸਿੰਘ ਜੀ, ਡਾਕਟਰ ਜਸਜੋਤ ਸਿੰਘ ਗਰਚਾ ਜੀ, ਜ਼ਿਲ੍ਹਾ ਯੋਗਾ ਸੈਕਟਰੀ ਸਰਦਾਰ ਪਰਮਿੰਦਰ ਸਿੰਘ ਜੀ, ਜਿਹੜੀ ਇਹਨਾਂ ਦੀ ਬਦੌਲਤ ਕੀ ਹੈ ਸਾਨੂੰ ਮੌਕਾ ਮਿਲਿਆ ਖੇਡਣ ਦਾ, ਔਰ ਮੈਨੂੰ ਇਹਨਾਂ ਦੀ ਬਹੁਤ ਹੀ ਸਪੋਰਟ ਰਹੀ ਹੈ। ਦੇਖੋ ਸਰ, ਮੈਂ ਇੱਥੇ ਬਾਰ ਬਾਰ ਮਤਲਬ ਕੀ ਹੈ ਕੁਛ ਟਾਈਮ ਬਾਅਦ ਕੰਪੀਟੀਸ਼ਨ ਕਰਾਈ ਜਾਂਦਾ ਅਤੇ ਬੱਚਿਆਂ ਨੂੰ ਇੱਥੇ ਮੈਡਲ ਵੀ ਦੇ ਰਿਹਾ, ਪਹਿਲਾਂ ਖਰਚ ਵੀ ਕਰ ਰਿਹਾ। ਸਿਰਫ ਮੇਰਾ ਇੱਕ ਮੋਟਿਵ ਇਹ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ। ਜਦੋਂ ਮੈਂ ਮੈਡਲ ਦਿੰਦਾ, ਬੱਚੇ ਬਹੁਤ ਜ਼ਿਆਦਾ ਉਸ ਚੀਜ਼ ਨੂੰ ਦੇਖ ਕੇ ਖੁਸ਼ ਹੁੰਦੇ ਨੇ ਕਿ ਅਸੀਂ ਵੀ ਜਿਵੇਂ ਹੁਣ ਤਾਨੀਆਂ ਖੇਡ ਕੇ ਇਹਦਾ ਮਾਨ ਸਨਮਾਨ ਸਮਾਜ ਦੇ ਵਿੱਚ ਹੋਇਆ, ਕਿ ਸਾਡਾ ਵੀ ਜਿਹੜਾ ਮਾਨ ਸਨਮਾਨ ਇਸੇ ਤਰ੍ਹਾਂ ਸਾਨੂੰ ਮਿਲੇ। ਤੇ ਟਾਈਮ ਟੂ ਟਾਈਮ ਮੈਂ ਬੱਚਿਆਂ ਨੂੰ ਅਪਗ੍ਰੇਡ ਕਰਦਾ ਰਹਿ ਰਿਹਾ, ਤੇ ਜਦੋਂ ਉਹਨਾਂ ਨੂੰ ਕੰਪੀਟੀਸ਼ਨ ਦੇ ਬਾਅਦ ਮੈਡਲ ਮਿਲਦੇ ਨੇ ਉਹ ਬੜਾ ਖੁਸ਼ ਹੁੰਦੇ ਨੇ, ਤੇ ਉਹ ਆਪਣਾ ਯੋਗਾ ਦੀ ਜਿਹੜੀ ਪ੍ਰੈਕਟਿਸ ਹੈ ਲਗਾਤਾਰ ਚਲਾ ਰਹੇ ਨੇ, ਜੋ ਕਿ ਬਿਮਾਰੀਆਂ ਤੋਂ ਉਹ ਦੂਰ ਆਪਣਾ ਨਸ਼ਿਆਂ ਤੋਂ ਦੂਰ ਨੇ। ਇਹ ਜਿਹੜੀ ਮੈਂ ਯੋਗਾ ਪ੍ਰੈਕਟਿਸ ਹੈ ਮੋਨਕ ਦੇ ਵਿੱਚ ਕਰਾ ਰਿਹਾ, ਔਰ ਜੋ ਇਹ ਜਿੱਥੇ ਮੈਂ ਪ੍ਰੈਕਟਿਸ ਕਰਾ ਰਿਹਾ ਇਹ ਮਿੱਟੀ ਦਾ ਬਣਿਆ ਹੋਇਆ, ਬਿਲਕੁਲ ਹੀ ਨੇਚਰ ਦੇ ਅਕੋਰਡਿੰਗ ਬਣਾਇਆ ਗਿਆ ਹੈ। ਜੋ ਸਾਨੂੰ ਕੁਦਰਤ ਤੋਂ ਚੀਜ਼ ਮਿਲੀ ਹੈ ਮੈਂ ਉਸ ਨੂੰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਿਹਾ ਕਿ ਕੁਦਰਤੀ ਚੀਜ਼ ਤੇ ਮੈਂ ਵਿਸ਼ਵਾਸ ਕਰਦਾ, ਤੇ ਕੁਦਰਤੀ ਜਿਹੜੀ ਚੀਜ਼ ਬਣਾਈ ਗਈ ਹੈ ਉਸ ਦੇ ਦੁਆਰਾ ਹੀ ਪ੍ਰੈਕਟਿਸ ਬੱਚਿਆਂ ਨੂੰ ਕਰਾ ਰਿਹਾ, ਜਿੱਥੇ ਮੈਨੂੰ ਵੱਧ ਤੋਂ ਵੱਧ ਰਿਜ਼ਲਟ ਲੈਣ ਦਾ ਮੈਨੂੰ ਮੌਕਾ ਮਿਲ ਰਿਹਾ ਜੀ। ਦੇਖੋ ਜੀ, ਡਿਸਟ੍ਰਿਕਟ ਤੇ ਸਟੇਟ ਲੈਵਲ ਦਾ ਤਾਂ ਮੇਰਾ ਪਤਾ ਹੀ ਨਹੀਂ ਕਿੰਨੇ ਕੁ ਬੱਚੇ ਮੈਂ ਖੜਿਆ ਚੁੱਕਿਆ ਤੇ ਕਿੰਨੇ ਕੁ ਦੇ ਮੇਰੇ ਮੈਡਲ ਆ ਗਏ ਨੇ, ਪਰ ਜਿਹੜੇ ਨੈਸ਼ਨਲ ਲੈਵਲ ਦੇ ਨੇ ਮੇਰੇ 8-10 ਬੱਚੇ ਖੇਡ ਚੁੱਕੇ ਨੇ, ਔਰ ਜਿਹੜਾ ਮੇਰਾ ਇੱਕ ਬੱਚਾ ਹੈ ਇੰਟਰਨੈਸ਼ਨਲ ਗਿਆ ਹੈ। ਕੁਝ ਬੱਚੇ ਜਿਵੇਂ ਹੁਣ ਮੇਰਾ ਇੱਕ ਰਾਸਤਾ ਖੁੱਲ੍ਹ ਗਿਆ, ਮੈਨੂੰ ਸਪੋਰਟ ਮਿਲੀ ਹੈ ਡਾਕਟਰ ਆਪਣੇ ਨਰਪਿੰਦਰ ਸਿੰਘ ਜਿਹੜੇ ਕੋਚ ਨੇ ਉਹਨਾਂ ਦੀ ਬਦੌਲਤ ਤੇ ਪਰਮਿੰਦਰ ਸਿੰਘ ਦੇ ਦੁਆਰਾ, ਕਿ ਜਿਹੜੇ ਬਾਕੀ ਬੱਚੇ ਰਹਿੰਦੇ ਨੇ ਮੈਂ ਆਉਣ ਵਾਲੇ ਟਾਈਮ 'ਚ ਕੁਝ ਹੀ ਸਮੇਂ ਵਿੱਚ ਉਹਨਾਂ ਨੂੰ ਵੀ ਇੰਟਰਨੈਸ਼ਨਲ ਪਲੇਅਰ ਆ ਇਸੇ ਵਾਂਗੂ ਬਣਾ ਕੇ ਤੇ ਅਸੀਂ ਉੱਥੋਂ ਮੈਡਲ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਨੀਆ ਕਿੰਨੇ ਸਮੇਂ ਤੋਂ ਤੁਹਾਡੇ ਤੋਂ ਕੋਚਿੰਗ ਲੈ ਰਹੀ ਹੈ? ਇਹ ਮੇਰੇ ਕੋਲ ਜਿਹੜੀ ਪ੍ਰੈਕਟਿਸ ਇਹਦੀ ਲਗਾਤਾਰ 7-8 ਸਾਲ ਤੋਂ ਕੰਟੀਨਿਊ ਜਾ ਰਹੀ ਹੈ। ਅਸੀਂ ਇਹ ਪ੍ਰੈਕਟਿਸ ਨੂੰ ਆਪਣਾ ਸਵੇਰੇ ਸ਼ਾਮ ਲਗਾਤਾਰ ਚਲਾ ਰਹੇ ਹਾਂ। ਮੈਂ ਥਾਈਲੈਂਡ ਬੈਂਕੋਕ ਦੇ ਵਿੱਚ ਖੇਡ ਕੇ ਆਈ ਹਾਂ, ਜਿਹਦੇ ਵਿੱਚ 15 ਕੰਟਰੀਜ਼ ਨੇ ਭਾਗ ਲਿੱਤਾ ਸੀ, ਤੇ ਮੈਂ ਮਲੇਸ਼ੀਆ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਕਿਹੜੀ ਫੈਡਰੇਸ਼ਨ ਦੁਆਰਾ ਗਈ ਸੀ ਤੁਸੀਂ? ਮੈਂ DYSA ਡਿਸਟ੍ਰਿਕਟ ਯੋਗਾ ਸਪੋਰਟਸ ਐਸੋਸੀਏਸ਼ਨ ਦੁਆਰਾ ਖੇਡ ਕੇ ਆਈ ਹਾਂ, ਤੇ ਜਿਨ੍ਹਾਂ ਵਿੱਚ ਡਿਸਟ੍ਰਿਕਟ ਸੈਕਟਰੀ ਪਰਮਿੰਦਰ ਸਿੰਘ ਸਰ ਦੇ ਅੰਡਰ ਤੇ ਜ਼ਿਲ੍ਹਾ ਦੇ ਵਾਈਸ ਸੈਕਟਰੀ ਪੰਜਾਬ ਦੇ ਨਰਪਿੰਦਰ ਸਿੰਘ ਸਰ ਮੈਨੂੰ ਉੱਥੇ ਖੜਾ ਕੇ ਲੈ ਕੇ ਆਏ ਨੇ। ਕਿੰਨੇ ਟਾਈਮ ਤੋਂ ਕੋਚਿੰਗ ਲੈ ਰਹੇ ਹੋ ਤੁਸੀਂ ਯੋਗਾ ਦੀ? ਮੈਂ 7-8 ਸਾਲ ਤੋਂ ਕੋਚਿੰਗ ਲੈ ਰਹੀ ਹਾਂ ਜਸਵਿੰਦਰ ਸਿੰਘ ਸਰ ਦੇ ਕੋਲ, ਜੋ ਮੁਨਕ ਤੋਂ ਹੀ ਨੇ, ਤੇ ਉਹਨਾਂ ਦੀ ਬਦੌਲਤ ਮੈਂ ਉੱਥੇ ਖੇਡ ਕੇ ਆਈ ਹਾਂ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਬਹੁਤ ਮਹਿਸੂਸ ਲੱਗ ਰਿਹਾ ਹੈ, ਸੰਗਤ ਬੈਠੀ ਹੈ ਇੱਧਰ ਬੈਠੀ। ਕਿੰਨੇ ਟਾਈਮ ਤੋਂ ਕੋਚਿੰਗ ਲੈ ਰਹੇ ਨੇ ਇਹ? ਇਹ ਘੱਟੋ ਘੱਟ ਵੀ ਹੋ ਗਏ 6-7 ਸਾਲ ਹੋ ਗਏ, 6-7 ਸਾਲ ਹੋ ਗਏ। ਹੁਣ ਤੱਕ ਕਿੰਨੇ ਇਨਾਮ ਜਿੱਤ ਚੁੱਕੇ ਹੈ? ਹੁਣ ਤੱਕ 5-6 ਤੋਂ ਜ਼ਿਆਦਾ ਹੋ ਗਏ ਜੀ ਤਕਰੀਬਨ। ਤੁਸੀਂ ਜਿਹੜੇ ਅੱਜ ਦਾ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਨਸ਼ਿਆਂ ਵੱਲ ਵੱਧ ਰਹੀ ਹੈ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ, ਨਸ਼ੇ ਨੂੰ ਤਿਆਗੋ ਅਤੇ ਯੋਗਾ ਸੈਂਟਰ ਨਾਲ ਜੁੜੋ, ਜਿੰਨੀ ਆਪਣੀ ਸਿਹਤ ਦਾ ਸੁਧਾਰ ਹੋ ਸਕਦਾ ਕਰੋ, ਖਾਣੇ ਪੀਣੇ 'ਚ ਰਿਹਾ ਕੁਛ ਨਹੀਂ ਹੈਗਾ, ਦੇਸੀ ਖਾਣਾ ਖਾਓ, ਹੈ ਦੇਸੀ ਯੋਗਾ ਕਰੋ ਹਿਸਾਬ ਨਾਲ, ਠੰਡਾ ਪਾਣੀ ਬਿਲਕੁਲ ਕਮ ਪੀਓ। ਜਸਵਿੰਦਰ ਵੱਲੋਂ ਇਹਨਾਂ ਨੂੰ ਯੋਗਾ ਜਿਹੜਾ ਮਿੱਟੀ 'ਚ ਕਰਾਇਆ ਜਾਂਦਾ, ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਇਹ ਸਹੀ ਹੈ? ਬਹੁਤ ਸਹੀ ਲੱਗ ਰਿਹਾ ਜੀ, ਬਹੁਤ ਮਿਹਨਤ ਕਰ ਰਿਹਾ ਬੱਚਾ ਨਾਲ, ਜਿਹੜੇ ਬੱਚੇ ਦੇ ਨਾਲ ਲੱਗ ਵੀ ਰਹੇ ਨੇ ਉਹ ਵੀ ਮਿਹਨਤ ਬਹੁਤ ਕਰ ਰਹੇ ਨੇ, ਬਾਕੀ ਮਾਂ ਪਿਓ ਦਾ ਬਹੁਤ ਸਾਥ ਹੈ ਨਾਲ।